ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸੰਬੰਧੀ ਪਛਤਾਤਾਪ ਸਮਾਗਮ। ਬੀਤੇ ਦਿਨੀ ਰੂਪਨਗਰ ਜ਼ਿਲ੍ਹੇ ਦੇ ਕਸਬਾ ਘਨੌਲੀ ਨੇੜੇ ਪਿੰਡ ਡੰਗੋਲੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡੰਗੋਲੀ ਵਿਖੇ ਪਛਤਾਤਾਪ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਰਾਗੀ ਜਥਿਆਂ ਨੇ ਕੀਰਤਨ ਰਾਹੀਂ ਹਾਜ਼ਰ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ, ਮੈਂਬਰ SGPC ਸੁਰਿੰਦਰ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਡਾਕਟਰ ਦਲਜੀਤ ਸਿੰਘ ਚੀਮਾ ਨੇ ਖਾਸ ਤੌਰ 'ਤੇ ਸ਼ਮੂਲੀਅਤ ਕੀਤੀ, ਜਿਨ੍ਹਾਂ ਨੇ ਕਿ ਸੰਗਤਾਂ ਨੂੰ ਗੁਰੂ ਸਾਹਿਬਾਨ ਦੁਆਰਾ ਦਰਸਾਏ ਮਾਰਗ ਉੱਪਰ ਚੱਲਦੇ ਹੋਏ ਸ਼ਰਾਰਤੀ ਅੰਸਰਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਔਰ ਸਮੂਹ ਨਗਰ ਨਿਵਾਸੀ ਸੰਗਤਾਂ ਨੇ ਅੱਜ ਪਛਤਾਤਾਪ ਦੇ ਵਿੱਚ ਜੋ ਅਖੰਡ ਪਾਠ ਸਾਹਿਬ ਆਰੰਭ ਕੀਤੇ ਹੋਏ ਸਨ, ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਹੋਈ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਸਮੂਹ ਨਗਰ ਨਿਵਾਸੀ ਸੰਗਤਾਂ ਨੇ ਅਰਦਾਸ ਬੇਨਤੀ ਕੀਤੀ ਹੈ ਕਿ ਸਾਡੇ ਕੋਲੋਂ ਭੁੱਲ ਹੋਈ ਹੈ, ਸਾਡੇ ਨਗਰ ਵਿੱਚ ਗਲਤੀ ਹੋਈ ਹੈ, ਉਹਦੀ ਸਾਨੂੰ ਕਿਰਪਾ ਕਰਕੇ ਸਤਿਗੁਰੂ ਸਾਹਿਬ ਜੀ ਨੂੰ ਮਾਫ਼ੀ ਬਖਸ਼ਿਸ਼ ਕਰਨ ਅਤੇ ਅੱਗੇ ਤੋਂ ਜੋ ਅਰਦਾਸ ਕੀਤੀ ਗਈ ਕਿ ਸਭਾ ਸੰਗਤ ਸਤਿਗੁਰੂ ਸਾਹਿਬ ਜੀ ਉਸ ਮਾਫ਼ੀ ਬਖਸ਼ਿਸ਼ ਕਰਨ। ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਸੰਭਾਲ ਜੋ ਹੈ ਬਹੁਤ ਤਨਦੇਹੀ ਦੇ ਨਾਲ ਸਾਰੇ ਨਿਭਾ ਸਕਣ। ਨਿਵਾਸੀ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਹੈ, ਨਿਵਾਸੀ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਕਿ ਐਡੀ ਵੱਡੀ ਘਟਨਾ ਹੋਣ ਤੋਂ ਬਾਅਦ ਇਲਾਕੇ ਦੇ ਵਿੱਚ ਪੂਰੀ ਸ਼ਾਂਤੀ ਬਣਾਈ ਰੱਖੀ ਜਿਨ੍ਹਾਂ ਨੇ, ਔਰ ਪ੍ਰਸ਼ਾਸਨ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇ ਕੇ ਇਲਾਕੇ ਦੇ ਸੰਗਤਾਂ ਨੇ ਜੋ ਰੱਖ ਦਿਖਾ ਕੇ ਕਿਸੇ ਪ੍ਰਕਾਰ ਦੀ ਕਿਸੇ ਪਾਸੇ ਕੋਈ ਘਟਨਾ ਨਹੀਂ ਹੋਈ, ਕਿਸੇ ਪ੍ਰਕਾਰ ਦੀ ਕੁਦਾਰੇਬਾਜ਼ੀ ਨਹੀਂ ਕੀਤੀ ਗਈ। ਬਹੁਤ ਹੀ ਸਦ ਭਾਵਨਾ ਦੇ ਨਾਲ ਇਹ ਸਾਰੀ ਸੇਵਾ ਜੋ ਹੈ ਉਹ ਸੰਭਾਲੀ ਗਈ ਹੈ। ਅੱਜ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੋਈ ਹੈ, ਪਛਤਾਤਾਪ ਵਜੋਂ ਅਰਦਾਸ ਬੇਨਤੀ ਕੀਤੀ ਗਈ ਹੈ, ਔਰ ਅਰਦਾਸ ਬੇਨਤੀ ਦੇ ਵਿੱਚ ਬਹੁਤ ਹੀ ਮਹਾਨ ਸੰਗਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੰਘ ਜੀ ਪਹੁੰਚੇ ਹੋਏ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਧੰਜੀ ਸਿੰਘ ਜੀ ਲੱਖੇਵਾਲ, ਸਿੰਘਾਲ ਸੁਰਿੰਦਰ ਸਿੰਘ, ਸਰਦਾਰ ਅਮਰਜੀਤ ਸਿੰਘ ਜੀ ਚਾਵੜਾ, ਸਰਦਾਰ ਅਜਮੇਰ ਸਿੰਘ ਜੀ ਖੇੜਾ, ਔਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਤੋਂ ਮੈਨੇਜਰ ਸਰਦਾਰ ਜਸਵੀਰ ਸਿੰਘ ਜੀ ਨੇ ਨਤੀਜੇ ਤੌਰ 'ਤੇ ਪਹੁੰਚੇ ਹੋਏ ਨੇ। ਸਾਰੀ ਸੰਗਤ ਦਾ ਧੰਨਵਾਦ ਕੀਤਾ ਜਾਂਦਾ ਹੈ, ਗੁਰੂ ਚਰਨਾਂ ਦੇ ਵਿੱਚ ਅਰਦਾਸ ਕੀਤੀ ਜਾਂਦੀ ਹੈ ਕਿ ਸਤਿਗੁਰੂ ਸਾਡੇ ਸਿਰ 'ਤੇ ਹੱਥ ਰੱਖਣ, ਸਾਨੂੰ ਆਪਣੀ ਸੇਵਾ ਕਰਵਾਉਣ ਦਾ ਬਾਲ ਉਦਮ ਸ਼ਾਹ ਅਤੇ ਸਮਰਥ ਬਖਸ਼ਿਸ਼ ਕਰਨ। ਅੱਜ ਉਹਦੇ ਸੰਬੰਧ ਦੇ ਵਿੱਚ ਨਗਰ ਦੇ ਇਲਾਕੇ ਦੀ ਸੰਗਤ ਵੱਲੋਂ ਬੱਚਾ ਤਾਪ ਦੇ ਸ੍ਰੀ ਅਖੰਡ ਪਾਠ ਸਾਹਿਬ ਗਏ ਹਨ। ਤਦ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਨੇ ਇਸ ਮੌਕੇ ਜਿਹੜਾ ਸੰਗਤ ਦਾ ਮਾਰਗ ਦਰਸ਼ਨ ਬਹੁਤ ਹੀ ਦੁਖਦਾਈ ਘਟਨਾ ਸੀ, ਔਰ ਮੈਂ ਸਮਝਦਾ ਕਿ ਜਿਸ ਤਰ੍ਹਾਂ ਸਿੰਘ ਸਾਹਿਬ ਨੇ ਸੰਦੇਸ਼ ਦਿੱਤਾ, ਸਾਰਿਆਂ ਦੀ ਸਾਡੀ ਡਿਊਟੀ ਬਣਦੀ ਹੈ ਕਿ ਗੰਭੀਰਤਾ ਦੇ ਨਾਲ ਇਸ ਪਾਸੇ ਧਿਆਨ ਦੇਈਏ। ਗੁਰੂ ਘਰਾਂ ਦੇ ਵਿੱਚ ਹੱਥੀ ਸੇਵਾ ਆਪ ਕਰਕੇ ਜਿੱਥੇ ਵੀ ਗੁਰਬਾਰੇ ਦਾ ਪ੍ਰਕਾਸ਼ ਹੈ ਉੱਥੇ ਹਾਜ਼ਰੀ ਵੀ ਭਰੀਏ, ਔਰ ਹਰ ਪੱਖ ਤੋਂ ਧਿਆਨ ਰੱਖੀਏ ਕਿ ਕਿਸੇ ਤਰ੍ਹਾਂ ਦੀ ਕੋਈ ਜਾਣੇ ਅਣਜਾਣੇ ਤੁਰਕੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਿਸੇ ਵੀ ਟੁੱਟੜੀ ਹੈਗੀ ਹੈ ਉਹ ਗਲਤੀ ਜਿਹੜੀ ਹੈ ਬੰਦ ਕੀ। ਮੈਂ ਨਗਰ ਨਿਵਾਸੀਆਂ ਦਾ ਵੀ ਧੰਨਵਾਦ ਕਰਦਾ, ਇਲਾਕੇ ਦੇ ਸਾਰੇ ਪੰਚਾਇਤਾਂ ਦਾ ਵੀ, ਸਿੰਘ ਸਾਹਿਬ ਦਾ ਵੀ, ਸਾਰਿਆਂ ਨੇ ਅੱਜ ਇਕੱਠੇ ਹੋ ਕੇ ਗੁਰਬਾਰੇ ਜੱਗੇ ਅਰਦਾਸ ਕੀਤੀ ਹੈ ਕਿ ਜਿਹੜੀ ਵੀ ਸਾਡੀ ਗਲਤੀ ਹੈ ਪਰਮਾਤਮਾ ਸਾਡੀ ਭੁੱਲ ਬਖਸ਼ੇ, ਔਰ ਅੱਗੇ ਤੋਂ ਸਾਡੇ 'ਤੇ ਕਿਰਪਾ ਕਰੇ ਮਹਾਰਾਜ ਕਿ ਅਸੀਂ ਹੋਰ ਵੀ ਤਨਦੇਹੀ ਦੇ ਨਾਲ ਗੁਰੂ ਘਰ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰ ਸਕੀਏ।